ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਫਿਰੋਜ਼ਪੁਰ 'ਚ ਕਾਫੀ ਸਮੇਂ ਤੋਂ ਪ੍ਰਮਾਤ ਭਵਨ ਬਣਾਉਣ ਦੀ ਮੰਗ ਚੱਲ ਰਹੀ ਸੀ, ਜਿਸ ਵਿੱਚ ਕੋਈ ਵੀ ਗਰੀਬ ਲੋਕ ਧਾਰਮਿਕ ਪ੍ਰੋਗਰਾਮ ਜਾਂ ਭੋਗ ਕਰਵਾ ਸਕਦੇ ਹਨ, ਜਿਸ ਦਾ ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ਦੇ ਕੋਲ ਅੱਜ ਭੂਮੀ ਪੂਜਨ ਕੀਤਾ ਗਿਆ ਅਤੇ ਇਮਾਰਤ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰਮਾਤ ਭਵਨ ਕਰੀਬ 2 ਕਰੋੜ ਦੀ ਲਾਗਤ ਨਾਲ ਪੂਰਾ ਏਸੀ ਹਾਲ ਬਣ ਕੇ ਤਿਆਰ ਹੋਵੇਗਾ। ਉੱਥੇ ਹੀ ਅਸ਼ੋਕ ਗੁਪਤਾ ਪ੍ਰੋਜੈਕਟ ਇੰਚਾਰਜ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਮੰਗ ਸੀ ਕਿ ਇਹ ਪ੍ਰਮਾਤ ਭਵਨ ਦੀ ਸ਼ੁਰੂਆਤ ਕੀਤੀ ਜਾਵੇ ਅਤੇ ਫਿਰੋਜ਼ਪੁਰ ਵਾਸੀਆਂ ਵੱਲੋਂ ਇਹ ਪ੍ਰਮਾਤ ਭਵਨ ਬਣਾਇਆ ਜਾ ਰਿਹਾ ਹੈ। ਸ਼ਿਵਾਲੇ ਤੋਂ ਥੋੜ੍ਹਾ ਜਿਹਾ ਅੱਗੇ ਜਾ ਕੇ ਮੰਨ ਰਿਹਾ ਕਿ ਸ਼ਹਿਰ ਦੇ ਵਾਸਤੇ ਇੱਕ ਬੜੀ ਜ਼ਰੂਰਤ ਸੀਗੀ, ਜਿਵੇਂ ਛਾਉਣੀ ਦਾ ਸ਼ੀਟਾ ਬਣਦਾ ਹਾਲ ਹੈ, ਸ਼ਹਿਰ ਦੇ ਵਾਸਤੇ ਕੋਈ ਹਾਲ ਨਹੀਂ ਸੀਗਾ। ਸ਼ਹਿਰ ਬਹੁਤ ਵੱਡਾ, ਇਸ ਕਰਕੇ ਜਗ੍ਹਾ ਸਾਡੇ ਕੋਲ ਨਹੀਂ ਸੀਗੀ, ਕਿਉਂਕਿ ਜਗ੍ਹਾ ਮੰਨਣ 'ਤੇ ਸਾਡੇ ਕੋਲ ਪੈਸੇ ਨਹੀਂ ਸੀਗੇ। ਹੁਣ ਇਹ ਜਗ੍ਹਾ ਫ੍ਰੀ ਹੈ, ਲੋਕਾਂ ਦੇ ਸਹਿਯੋਗ ਨਾਲ ਇਹ ਹਾਲ ਜਿਹੜਾ ਉਹ ਬਣ ਰਿਹਾ। ਇਹਦਾ ਪਰਪਸ ਸਿਰਫ ਕਿਰਾਇਆ ਵਰਤੋਂ ਵਾਸਤੇ, ਜਾਂ ਕੋਈ ਫ੍ਰੀ ਮੈਡੀਕਲ ਕਰਨ, ਜਾਂ ਕਿਸੇ ਨੇ ਕੋਈ ਸ਼ਾਸਨ ਕਰਨਾ, ਉਸ ਪਰਪਸ ਵਾਸਤੇ ਹੋ ਗਿਆ। ਕਿੰਨੇ ਕਰੋੜ ਦੀ ਲਾਗਤ ਨਾਲ ਬਣ ਰਿਹਾ? ਲਾਇਆ 2 ਕਰੋੜ ਦਾ ਲੱਗ ਗਿਆ। ਅਤੇ ਇਹ ਸ਼ਮਸ਼ਾਨ ਘਾਟ ਦੇ ਵਿੱਚ ਹੀ ਜਿਹੜਾ ਸ਼ਮਸ਼ਾਨ ਘਾਟ ਦੀ ਜਗ੍ਹਾ ਉਹਦੇ ਵਿੱਚ ਹੀ ਬਣ ਰਿਹਾ, ਲੇਕਿਨ ਪਾਰਟ ਲਾਦਾ ਕਰਤਾ ਸੀ ਕਿ ਅਤੇ ਕਿੰਨੀ ਦੇਰ 'ਚ ਬਣ ਕੇ ਤਿਆਰ ਹੋ ਜਾਏਗਾ? ਕਾਫੀ ਲੋੜ ਸੀ ਜਿਹੜੀ ਫਿਰੋਜ਼ਪੁਰ ਵਾਸੀਆਂ ਨੂੰ ਇਸ ਚੀਜ਼ ਦੀ? ਹਾਂ, ਬਹੁਤ ਜ਼ਿਆਦਾ ਲੋੜ ਸਾਰੇ। ਕੀ ਨਾਮ ਕੀ ਹੋਏਗਾ ਨਾ? ਪ੍ਰਮਾਤ ਭਵਨ। ਫਿਰੋਜ਼ਪੁਰ ਤੋਂ ਰਤਨ ਲਾਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।